ਸਤਿ ਸ਼੍ਰੀ ਅਕਾਲ ਜੀ। ਇੰਗਲੈਂਡ ਦੇ ਵਿੱਚ ਸਾਡੀ ਪਹਿਲੀ ਮੋਰਨਿੰਗ ਆ ਅਤੇ ਬਹੁਤ ਥੱਕ ਗਏ ਸੀਗੇ ਰਾਤ, ਕਾਫੀ ਟਾਈਮ ਲੱਗਿਆ ਸਾਨੂੰ ਪਹੁੰਚਣ ਵਾਸਤੇ, ਵੀ ਟਾਈਮ ਲੱਗਿਆ ਸੀ। ਅਤੇ ਵਲੋਗ ਤੁਸੀਂ ਦੇਖੋ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਕਿਵੇਂ ਪਹੁੰਚੇ, ਕਿਵੇਂ ਨਹੀਂ ਪਹੁੰਚੇ, ਕੀ ਅੱਗੇ ਦਾ ਪ੍ਰੋਸੈਸ ਆ, ਕੀ ਕਰਨਾ ਅਤੇ ਆਏ ਹਾਂ ਆਪਾਂ, ਹੈ ਨਾ। ਤੁਸੀਂ ਇਹ ਦੇਖੋ ਵਲੋਗ, ਦੇਖੋ ਜਿਹਨੇ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਿਓ ਅਤੇ ਲਾਈਕ ਕਰ ਲਿਓ। ਵਿਊ ਤਾਂ ਬਹੁਤ ਸੋਹਣਾ ਭਾਜੀ, ਹੈ ਨਾ। ਓਹੋ, ਵੈਦਰ ਦੇਖੋ ਕਿੰਨਾ ਵਧੀਆ। ਮੈਂ ਕਿਹਾ ਇੱਕ ਵਾਰ ਤਾਂ ਕਰਦਾ ਠੰਡਾ ਜਿਹਾ, ਉਸ ਤੋਂ ਬਾਅਦ ਨਹੀਂ, ਪਹਿਲਾਂ ਪਹਿਲਾਂ ਹੀ ਹੋਇਆ ਨਾ। ਬਾਈ ਰੈਸਟ ਕਰਨ ਰੁਕੇ ਸੀਗੇ ਆਪਾਂ, ਫੈਲਥਨ ਤੋਂ ਜਾ ਰਹੇ ਹਾਂ ਆਪਣਾ ਬਰਮਿੰਗਮ ਜਾ ਰਹੇ ਹਾਂ, ਲੋਕੇਸ਼ਨ ਰੈਕੀ ਕਰਨ, ਫਿਰ ਉੱਥੇ ਜਾ ਕੇ ਤੁਹਾਨੂੰ ਮਿਲਦੇ ਹਾਂ, ਲੋਕੇਸ਼ਨ ਦਿਖਾਉਂਦੇ ਹਾਂ ਵਧੀਆ ਵਧੀਆ। ਇੱਥੇ ਰੈਸਟ ਕਰਨ ਲਈ ਰੁਕੇ ਸੀਗੇ ਆਪਾਂ, ਲੋਕੇਸ਼ਨ ਬਹੁਤ ਪਿਆਰੀ ਆ। ਅਤੇ ਭੇਜ ਦਿਓ ਭਾਅ ਜੀ ਨੂੰ, ਭਾਅ ਜੀ ਨਾਰਾਜ਼ ਹੋ ਜਾਣਾ, ਭਾਅ ਜੀ ਨੇ ਫੋਟੋ ਨਹੀਂ ਭੇਜੀ ਜੇ, ਗੁੱਸਾ ਕਰ ਜਾਣਾ ਭਾਅ ਜੀ ਨੇ। ਬਹੁਤ ਬਿਊਟੀਫੁੱਲ ਜਗ੍ਹਾ ਯਾਰ, ਬਹੁਤ ਬਿਊਟੀਫੁੱਲ। ਲਓ ਜੀ KFC ਵਗੈਰਾ ਆਏ ਸੀਗੇ, ਆਹ ਦੇਖੋ ਵੀਰੇ ਗੱਡੀ, ਵਾਹ। ਇਹ ਪੁਰਾਣੀਆਂ ਚੀਜ਼ਾਂ ਜ਼ਿਆਦਾ ਸਾਂਭ ਕੇ ਰੱਖਦਾ ਇੰਗਲੈਂਡ, ਜਿੰਨੀਆਂ ਪੁਰਾਣੀਆਂ ਚੀਜ਼ਾਂ ਹੋਣਗੀਆਂ ਸਭ ਇਹਨਾਂ ਕੋਲ ਹੀ ਹੈ। ਸਟਾਰਬਕਸ ਬਰਮਿੰਗਮ ਗੁਰਦੁਆਰਾ ਸਾਹਿਬ, ਹਾਂ ਗੁਰਦੁਆਰਾ ਸਾਹਿਬ ਹੈ। ਲਓ ਜੀ ਪਹੁੰਚ ਗਏ ਹਾਂ ਬਰਮਿੰਗਮ 'ਚ, ਲੋਕੇਸ਼ਨ ਦੇਖਣ ਆਏ ਸੀਗੇ ਇੱਥੇ, ਅਤੇ ਬਹੁਤ ਹੀ ਪਿਆਰਾ, ਜਿਵੇਂ ਪਿੰਡ ਆਪਣੇ ਇੱਥੇ ਪਿੰਡ ਕਹਿੰਦੇ, ਅਤੇ ਬਰਮਿੰਗਮ ਜਿਹੜਾ ਹੈਗਾ ਉਹ ਪਿੰਡ ਆ। ਅਤੇ ਤੁਹਾਨੂੰ ਗੁਰਦੁਆਰਾ ਸਾਹਿਬ ਪਹੁੰਚ ਗਿਆ, ਮੈਂ ਦਿਖਾਉਂਦਾ ਗੁਰਦੁਆਰਾ ਸਾਹਿਬ, ਬਰਮਿੰਗਮ ਦਾ ਗੁਰਦੁਆਰਾ ਸਾਹਿਬ ਦੇਖੋ ਜੀ, ਲੋਕੇਸ਼ਨ ਬਹੁਤ ਪਿਆਰੀ ਆ, ਬਿਊਟੀਫੁੱਲ ਬਿਊਟੀਫੁੱਲ ਸਿਟੀ। ਇੱਥੇ ਸਾਰੇ ਤੁਹਾਨੂੰ ਜਿੰਨੇ ਵੀ ਹੈਗੇ ਪੰਜਾਬੀ ਦਿਖੂੰਗੇ, ਜਿਵੇਂ ਕਹੋ ਬਾਈ ਜਾਂਦਾ ਬਰਨਾ ਬੰਨੇ, ਦੇਖੋ ਬਾਈ ਜਾਂ, ਹੈ ਨਾ, ਉਹ ਪੰਜਾਬੀ ਆ। ਇੱਥੇ ਜਿੰਨੇ ਵੀ ਜ਼ਿਆਦਾਤਰ ਇੰਡੀਅਨਸ ਨੇ ਇਸ ਰੋਡ 'ਤੇ, ਮੈਂ ਜਦੋਂ ਲੰਡਨ ਸੀਗੇ ਉੱਥੇ ਕੋਈ ਵੀ ਪੰਜਾਬੀ ਨਹੀਂ ਸੀਗਾ, ਇੱਥੇ ਜਦੋਂ ਦੇ ਆਪਾਂ ਖੜ੍ਹੇ ਹਾਂ ਨਾ ਉਦੋਂ ਦੇ ਸਾਰੇ ਪੰਜਾਬੀ ਨੇ, ਸਾਰੇ A to Z ਜਿੰਨੇ ਵੀ ਸਾਨੂੰ ਦਿਖੇ ਨੇ ਇੱਥੇ ਪੰਜਾਬੀ ਦਿਖੇ ਨੇ। ਆਹ ਗੁਰਦੁਆਰਾ ਸਾਹਿਬ ਆ ਬਰਮਿੰਗਮ ਦਾ, ਅਤੇ ਬਾਕੀ ਸੰਡੇ ਅੱਜ ਕਲੋਜ਼ ਆ, ਹੈ ਨਾ, ਸਕੂਲਸ ਵਗੈਰਾ ਹੈ। ਗੁਰਦੁਆਰਾ ਬੇਬੇ ਨਾਨਕੀ ਸਿੱਖ ਟੈਂਪਲ, ਹੈ ਨਾ, ਬਿਊਟੀਫੁੱਲ ਸਿਟੀ, ਲੋਕੇਸ਼ਨ ਇੰਨੀ ਪਿਆਰੀ ਹੈ ਨਾ ਕਿ ਤੁਸੀਂ ਛੱਡ ਦਿਓ ਗੱਲਾਂ, ਬਹੁਤ ਸੋਹਣਾ। ਠੰਡ ਹੈ ਇੱਥੇ, ਠੰਡ ਲੰਡਨ ਨਾਲ ਥੋੜ੍ਹੀ ਜ਼ਿਆਦਾ ਆ ਕਿਉਂਕਿ ਇਹ ਹਿੱਲ ਏਰੀਏ 'ਚ ਕਹਿੰਦੇ ਪੈ ਜਾਂਦਾ, ਅਤੇ ਲੋਕੇਸ਼ਨ ਵੀ ਬੜੀ ਪਿਆਰੀ ਆ। ਹੁਣ ਇੱਥੇ ਹੀ ਰਹਿਣਾ ਆਪਾਂ, ਕਾਫੀ ਟਾਈਮ ਮੈਨੂੰ ਲੱਗਦਾ ਇੱਥੇ ਹੀ ਰਹਾਂਗੇ ਕਿਉਂਕਿ ਲੋਕੇਸ਼ਨ ਵਗੈਰਾ ਡਨ ਕਰਨੀਆਂ ਨੇ, ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਹੋਊਗਾ। ਤਾਂ ਮੇਰਾ ਅੱਜ ਫਸਟ ਡੇ ਆ ਐਕਚੁਅਲ 'ਚ ਲੰਡਨ 'ਚ, ਕੱਲ੍ਹ ਅਸੀਂ ਆਏ ਸੀਗੇ ਅਤੇ ਰਾਤ ਨੂੰ ਪਹੁੰਚੇ ਸੀ, ਥੱਕ ਗਏ ਸੀਗੇ ਪੂਰਾ, ਹੈ ਨਾ, ਅਤੇ ਅੱਜ ਦਾ ਵਧੀਆ ਪ੍ਰੋਸੈਸ ਆ। ਬਾਕੀ ਜਿਹਨੇ ਵੀ ਇੱਥੇ, ਹੈ ਨਾ, ਆਉਣਾ UK ਦੇ, ਇੱਕ ਤਾਂ ਆਪਣੇ ਬੈਗ ਵਗੈਰਾ ਜਿਹੜੇ ਵੇਟ ਹੁੰਦਾ ਤੁਹਾਡਾ ਜਿੰਨਾ ਦੱਸਿਆ ਹੁੰਦਾ ਪੂਰਾ ਪੂਰਾ ਲੈ ਕੇ ਆਇਆ ਕਰੋ। ਕਾਫੀ ਬੰਦੇ ਕਹਿੰਦੇ ਨਹੀਂ ਜੀ, ਇੱਕ ਦੋ ਹੋ ਜਾਂਦਾ, ਕੁਛ ਨਹੀਂ ਹੁੰਦਾ ਇੱਦਾਂ ਦਾ, ਹੈ ਨਾ, ਮਤਲਬ ਕਿ ਵੇਟ ਵੂਟ 'ਚ ਪੂਰਾ ਪੂਰਾ ਹੀ ਹੁੰਦਾ ਉਹ, ਪੈਸੇ ਤੁਹਾਨੂੰ ਪੇ ਕਰਨੇ ਪੈਂਦੇ ਨੇ ਜੇ ਐਕਸਟਰਾ ਹੋਊਗਾ ਤੁਹਾਡਾ, ਜੇ ਬਾਕੀ ਜੇ ਤੁਸੀਂ ਕਰ ਸਕਦੇ ਹੋ ਪੇ ਤਾਂ ਕਰ ਸਕਦੇ ਹੋ, ਵੈਸੇ ਤਾਂ ਇੰਨਾ ਹੀ ਹੁੰਦਾ ਸਾਰਾ, ਹੈ ਨਾ। ਅਤੇ ਜਿਵੇਂ ਜਿਵੇਂ ਬਾਕੀ ਡਿਟੇਲ ਪਤਾ ਲੱਗਦੀ ਜਾਊਗੀ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ। ਵਧੀਆ ਚੀਜ਼ ਆ, ਵਧੀਆ ਜਗ੍ਹਾ, ਵਧੀਆ ਲੋਕੇਸ਼ਨ ਆ, ਰਹਿਣ ਦਾ ਦਿਲ ਕਰਦਾ ਬਰਮਿੰਗਮ 'ਚ, ਹੈ ਨਾ। ਸਾਰੇ ਜਿੰਨੇ ਵੀ ਹੁਣ ਆਪਾਂ ਦੇਖੇ ਨੇ ਜਾਂ ਦਿਖੇ ਨੇ ਪੰਜਾਬੀ ਨੇ, ਵਧੀਆ ਲੋਕੇਸ਼ਨ ਆ, ਹਾਰਡ ਵਰਕ ਆ ਇੱਥੇ, ਜਿਵੇਂ ਕੈਨੇਡਾ ਦੇ ਵਿੱਚ ਥੋੜ੍ਹਾ ਕਹਿ ਲਈਏ ਵੀ ਪੱਕੇ ਪੁੱਕੇ ਜਲਦੀ ਹੋ ਜਾਂਦੇ, ਇੱਥੇ ਤੁਸੀਂ ਮੰਨ ਕੇ ਚੱਲੋ ਜਿੱਥੇ ਤੱਕ
ਜਿਹੜੇ ਇੱਥੇ ਰਹਿੰਦੇ ਨੇ ਹਨਾ ਉਹਨਾਂ ਨੇ ਇਹੀ ਦੱਸਿਆ ਵੀ 10 ਕੁ ਸਾਲ ਤਾਂ ਤੁਸੀਂ ਨੋਰਮਲੀ ਲਾ ਸਕਦੇ ਹੋ, 10 ਕੁ ਸਾਲ ਬਾਅਦ ਤੁਸੀਂ ਸਿੱਧੀ ਸਿਟੀਜ਼ਨਸ਼ਿਪ ਸ਼ਾਇਦ ਮਿਲ ਜਾਂਦੀ ਹੈ, ਪੀਆਰ ਪੂਆਰ ਵਾਲਾ ਚੱਕਰ ਪਾਸੇ ਹਟ ਜਾਂਦਾ, ਬਾਕੀ ਜ਼ਿਆਦਾਤਰ ਆਪਣੇ ਪੰਜਾਬੀ ਹੋਏ ਇੱਥੇ ਬੰਦੇ, ਅਤੇ ਹੌਲੀ ਹੌਲੀ ਜੋ ਵੀ ਤੁਹਾਨੂੰ ਦਿਖਦਾ ਫਿਰ ਦਿਖਾਉਂਦੇ ਆਪਾਂ ਇੱਥੇ, ਹੋਰ ਕੀ ਪਤਾ ਲੱਗਦਾ। ਜਿਹੜੇ ਬਣਾਏ ਸੀ ਮੇਰੇ ਯਾਰ ਦੋਸਤ ਹੈਗਾ ਰਵੀ, ਜਿਹੜਾ ਪ੍ਰੋਡਿਊਸਰ ਸੀਗਾ ਕੈਨੇਡਾ ਚਲਾ ਗਿਆ, ਕੈਨੇਡਾ ਤੋਂ ਬਾਅਦ ਪੁੱਛ ਗਿਆ ਨਾ ਰਿਹਾ ਯੂ ਆਦੀ ਆਇਆ ਸਾ। ਹਾਂ ਉਸ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਡਰ ਲੱਗਣਾ ਸ਼ੁਰੂ ਹੋ ਗਿਆ ਸੀ। ਜੀ ਸਰ ਹਾਂਜੀ ਹਾਂਜੀ ਐਡ ਕੀਤੀ ਸੀਗੀ ਇੱਥੇ ਨਿਰਾਲਾ ਸਵੀਟਸ ਦੀ ਨਾ, ਸਾਨੂੰ ਤਾਂ ਇਹੀ ਪਸੰਦ ਆ ਠੀਕ ਹੈ ਢਾਬੇ ਨੂੰ। ਜਿਹੜਾ ਡੀ ਓ ਪੀ ਹੈ ਰਾਤੀ 11 ਵਜੇ ਦੇ ਕਰੀਬ ਜਿਹੜਾ ਹੈਗਾ ਮੈਨੂੰ ਕਾਲ ਲੋਕੇਸ਼ਨ ਦੇਖਣ ਆਏ ਸੀ ਆਪਾਂ। ਕਾਲ ਲੋਕੇਸ਼ਨ ਦੇਖਣ ਆਏ ਸੀ ਆਪਾਂ ਆਪਦੀ ਫਿਲਮ ਲਈ ਦੇਖ ਰਹੇ ਹਾਂ, ਲੋਕੇਸ਼ਨ ਅੱਛੀ ਆ ਬਟ ਬਾਕੀ ਜੇ ਹੋਰ ਲੋਕੇਸ਼ਨਾਂ ਨਾਲ ਵੀ ਸਾਡੀ ਮੈਚ ਕਰਦੀ ਆ ਫਿਰ ਤਾਂ ਵਧੀਆ, ਕਰ ਦੇਖੋ ਪਿੱਛੇ ਕਿੰਨੇ ਬਿਊਟੀਫੁੱਲ ਨੇ। ਆਹ ਦੇਖੋ ਲੱਗਦਾ ਕਸੋਲੀ ਵੀਰੇ, ਸਫਾਈ ਬਹੁਤ ਜ਼ਿਆਦਾ ਆ ਅਤੇ ਠੰਡ ਹੈਗੀ ਆ, ਠੰਡ ਜਿਹੜੀ ਸਾਡਾ ਆਪਣੇ ਦਸੰਬਰ ਜਾਂ ਜਨਵਰੀ 'ਚ ਹੁੰਦੀ ਆ ਨਾ ਉਹ ਵਾਲੀ ਠੰਡ ਆ ਇੱਥੇ। ਅਤੇ ਜੈਰੀ ਆਪਣੇ ਪਹੁੰਚ ਚੁੱਕੇ ਨੇ ਲੋਕੇਸ਼ਨਾਂ ਦੀ, ਉਹ ਫੋਟੋਆਂ ਖਿੱਚ ਰਹੇ ਨੇ, ਕਹਿੰਦੇ ਡੀ ਓ ਪੀ ਸਾਹਿਬ ਨੂੰ ਦਿਖਾਉਣੀਆਂ ਨੇ, ਬਟ ਲੋਕੇਸ਼ਨ ਬਹੁਤ ਪਿਆਰੀ ਆ। ਠੰਡ ਤਾਂ ਤੁਸੀਂ ਪੁੱਛੋ ਹੀ ਨਾ, ਠੰਡ ਬਹੁਤ ਆ। ਆਹ ਲੋਕੇਸ਼ਨ ਦੇਖੋ, ਸੰਡੇ ਅੱਜ ਤਾਂ ਕਰਕੇ ਲੋਕ ਆਪਦੇ ਆਪਦੇ ਘਰਾਂ 'ਚ ਨੇ। ਕਹਿੰਦਾ ਗੱਡੀ ਵਾਲੇ ਨੂੰ ਕਿਉਂਕਿ ਸੜਕ 'ਤੇ ਜਾਂਦੇ ਆ ਸੀਨ ਹੈ, ਤੁਰੇ ਫਿਰਦੇ ਦਾ ਬਾਹਰ ਫੰਟਾਜੀਸ ਲੈਣੇ, ਤੂੰ ਚੁੱਪ ਕਰਕੇ ਲਈ ਜਾਓ ਕੋਈ ਕਿਸੇ। ਕਰ ਲਓ ਭਾਅ ਜੀ ਤੁਸੀਂ ਕੋਈ ਫਿਰ ਖਿੱਚ ਲਓ ਤੁਹਾਡੀ ਫੋਟੋ। ਅੱਛਾ ਇਹ ਨਾ ਉਹ ਭਾਅ ਜੀ ਫੋਟੋ ਖਿਚਾਉਣ ਲੱਗੇ, ਕਹਿੰਦੇ ਆਹ ਨਹੀਂ ਆਉਣਾ ਚਾਹੀਦਾ। ਇਹ ਲੋਕੇਸ਼ਨ ਹੀ ਭਾਅ ਜੀ ਤੁਸੀਂ ਫਿਰ ਡਾਊਨ, ਮੈਨੂੰ ਲੱਗਦਾ ਹੋਰ ਕੋਈ ਮੈਨੂੰ ਡਾਵੇ ਨਾ ਡਾਵੇ ਗੱਡੀ ਵਾਲਾ, ਤੁਸੀਂ ਮੈਨੂੰ ਜ਼ਰੂਰ ਚੱਕ ਲੈ ਜਾਓਗੇ। ਯਾਰ ਲੋਕੇਸ਼ਨ ਦੇਖੋ ਪਿੱਛੇ ਕਿੰਨੀ ਭਾਅ ਜੀ ਸ਼ਾਂਤੀ ਦੇਖੋ ਕਿੰਨੀ ਹੈ ਨਾ, ਕਿਸੇ ਨਾਲ ਕੋਈ ਲੈਣ ਦੇਣ ਨਹੀਂ, ਕੋਈ ਹਾਂ ਪੀ ਪਾ ਕੁਛ ਨਹੀਂ ਹੈਗਾ, ਬਹੁਤ ਯਾਰ ਕਾਮ ਹੀ ਦੀ ਆ ਬਹੁਤ ਜ਼ਿਆਦਾ। ਵੇਖੋ ਆਹ ਦੇਖੋ ਬਾਰ ਐਂਡ ਗ੍ਰਿਲ ਬਾਰ ਇੱਥੇ, ਆਹ ਦੇਖਣਾ ਆ ਲੋਕੇਸ਼ਨਾਂ ਤਾਂ ਸਾਰੀਆਂ ਹੀ ਪਿਆਰੀਆਂ ਨੇ। ਆਪਾਂ ਹੈਗੇ ਹਾਂ ਫੈਲਸਨ ਦੇ ਵਿੱਚ, ਅਤੇ ਇੱਥੇ ਤੱਕ ਦਾ ਤੁਸੀਂ ਸਫ਼ਰ ਦੇਖ ਹੀ ਲਿਆ ਹੋਊਗਾ, ਅਤੇ ਜੇ ਨਹੀਂ ਦੇਖਿਆ ਤਾਂ ਮੈਂ ਤੁਹਾਨੂੰ ਓਏ ਹੋਏ ਠੰਡ ਵੀ ਬਹੁਤ ਆ ਧੁੱਪ ਵੀ ਬਹੁਤ ਆ ਹੈ ਨਾ, ਅਤੇ ਤੁਸੀਂ ਪਹਿਲਾਂ ਤਾਂ ਸਫ਼ਰ ਇਹ ਦੇਖੋ ਵੀ ਪੰਜਾਬ ਤੋਂ ਲੰਡਨ ਕਿਵੇਂ ਆਇਆ, ਅਤੇ ਉਹ ਵਲੋਗ ਪਾਇਆ ਹੋਇਆ, ਜੇ ਨਹੀਂ ਪਾਇਆ ਤਾਂ ਤੁਸੀਂ ਦੇਖ ਲਿਓ, ਅਪਡੇਟ ਕਰ ਦੂੰਗਾ ਮੈਂ ਤੁਹਾਨੂੰ ਹੈ ਨਾ। ਬਾਕੀ ਵੈਦਰ ਬਹੁਤ ਸੋਹਣਾ ਆ, ਅਤੇ ਜੇ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ, ਕਿਉਂਕਿ ਇਸ ਤੋਂ ਬਾਅਦ ਸਾਡੇ ਵਲੋਗ ਆਉਂਦੇ ਰਹਿਣੇ ਆ, ਇੰਗਲੈਂਡ ਦੇ ਹੀ ਆਉਣੇ ਆ ਜਦੋਂ ਤੱਕ ਪਾ ਸਕਦੇ, 10-15-20 ਜਿੰਨੇ ਕੁ ਪੈਣਗੇ ਸਾਡੇ ਜਿੰਨੇ ਵੀ ਵਲੋਗ ਆ ਸਾਰੇ ਇੰਗਲੈਂਡ ਦੇ ਹੀ ਆਉਣੇ ਆ, ਅਤੇ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ, ਲਾਈਕ ਕਰ ਲਓ, ਬਾਕੀ ਜੋ ਵੀ ਇੱਥੇ ਦੀ ਇਨਫੋਰਮੇਸ਼ਨ ਹੋਊਗੀ ਮੈਂ ਤੁਹਾਨੂੰ ਜ਼ਰੂਰ ਦੱਸਦਾ ਜਾਊਂਗਾ ਕਿੱਦਾਂ ਕਿੱਦਾਂ ਕੀ ਕਰਨਾ ਹੈ ਨਾ। ਅਤੇ ਗੱਡੀਆਂ ਇੱਥੇ ਵੀਰੇ ਐਲਟੋ ਵੀ ਹੈਗੀ ਆ, ਫਿਗੋ ਵੀ ਹੈਗੀ ਆ, ਸਵਿਫਟ ਵੀ ਹੈਗੀ ਆ,
सारिया गड्डिया ने मिल जाएंगे थोनों इतने बैकलाइट करके पिछले शायद फेस काला आंदा होगा मैं अगे जाके थोड़ा दिखाता उद तक तुम ट्रैफिक इंजॉय करो।